ਜਲੰਧਰ ਦਾ ਕੇਂਦਰੀ ਹਲਕਾ ਸ਼ਹੀਦ ਊਧਮ ਸਿੰਘ ਪਾਰਕ 'ਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਤੋਂ ਬਾਅਦ ਇੱਕ ਸੱਪ ਫੜੇ ਗਏ, ਜਿਸ 'ਚ ਇਲਾਕਾ ਨਿਵਾਸੀ ਬੋਬੀ ਲੁਥਰਾ ਨੇ ਵੀ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੇ ਸਪੌਜ ਬਾਰੇ ਜਾਣਕਾਰੀ ਦਿੱਤੀ, ਜਿਸ ਕਾਰਨ ਇੱਕ ਤੋਂ ਬਾਅਦ ਇੱਕ 4 ਜੋੜੇ ਸਪੌਜ ਨੂੰ ਕਾਬੂ ਕਰ ਲਿਆ ਗਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਰਾਜਕੁਮਾਰ ਜੋਗੀ ਨੇ ਦੱਸਿਆ ਕਿ ਫੜੇ ਗਏ ਸੱਪਾਂ ਦਾ ਜ਼ਹਿਰ ਹੌਲੀ ਹੌਲੀ ਵੱਧਦਾ ਹੈ, ਤਾਂ ਸੱਪ ਦੇ ਡੰਗਣ ਤੋਂ ਬਾਅਦ ਹੀ ਜੜੀ ਬੂਟੀਆਂ ਲਗਾਈਆਂ ਜਾਂਦੀਆਂ ਹਨ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਰਾਜਕੁਮਾਰ ਜੋਗੀ ਹੈ ਜੀ। ਜੋਗੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਹੈਗਾ ਕਿਹੜਾ? ਮੈਨੂੰ 11 ਕੁ ਵਜੇ ਫੋਨ ਆਇਆ ਸੀਗਾ ਜੀ। ਅੱਛਾ ਜੀ। ਹਾਂਜੀ 11 ਵਜੇ ਫੋਨ ਆਇਆ ਸੀ, ਮੈਂ ਘੰਟੇ 12 ਕੁ ਵਜੇ ਮੈਂ ਆ ਗਿਆ ਸੀਗਾ। ਅੱਛਾ ਜੀ। ਹਾਂਜੀ ਕਿੰਨੇ ਫੜੇ ਗਏ ਨੇ? ਇਹ 8 ਸੱਪ ਫੜੇ ਗਏ ਨੇ ਇੱਥੇ ਜੀ। ਕੀ ਇਹ ਜੋੜੇ ਹੈ? ਜੋੜੇ ਜੋੜੇ ਹੀ ਹੈ। ਕਿਹੜੀ ਨਸਲ ਦੇ ਹੈ? ਇਹ ਆਪਣੇ ਕਾਮਨ ਕਰੈਟ ਹੈ, ਜੋੜਾ ਜੋੜਾ ਹੀ ਫਣੀਆਰ ਹੈ, ਤੇ ਜੋੜਾ ਆਪਣੇ ਘੋੜ ਪਛਾੜ ਹੈ, ਕੋਡੀਆਂ ਵਾਲੇ ਸੱਪ। ਅੱਛਾ। ਹਾਂਜੀ ਮੰਜੇ ਚੜ੍ਹਿਆ ਸੱਪ ਇਹ। ਇਹ ਫੁੱਟ ਦੇ ਹੈਗੇ ਆਪਣੇ 5-5, 6-6 ਫੁੱਟ ਦੇ ਹੈਗੇ ਜੀ। ਅੱਛਾ ਜੀ। ਹਾਂਜੀ ਕਿੰਨੇ ਸੱਪ ਹੈ ਜੀ? 8। ਅੱਛਾ ਹੋਰ ਕੀ ਲੱਗਦੇ ਨੇ ਸੱਪ? ਹੋਰ ਬਾਕੀ ਧਰਤੀ ਇਹਨਾਂ ਦੀ ਹੈ ਜੀ। ਅੱਛਾ ਜੀ। ਧਰਤੀ ਹੁਣ ਮੌਸਮ ਇਹਨਾਂ ਦਾ ਨਿਕਲਦਾ ਮੌਸਮ ਹੀ ਇਹਨੂੰ। ਹਾਂਜੀ ਨਾਮ ਹੈ ਤੁਹਾਡਾ? ਮੇਰਾ ਗੁਰਬਖਸ਼ ਲਾਲ ਜੀ। ਗੁਰਬਖਸ਼ ਜੀ ਕਿੰਨੇ ਵਜੇ ਤੱਕ ਤੁਹਾਨੂੰ ਪਤਾ ਲੱਗਾ? ਇਹ 7:30 ਵਜੇ ਫੋਨ ਆਇਆ ਮੁੰਡੇ ਸਾਡੇ ਦਾ ਜਿਹੜੇ ਸੈਲ ਕਰਨ ਆਉਂਦੇ ਆ ਵੀ ਇੱਦਾਂ ਨਾ ਬਾਲਦੀ ਨੇ ਕੱਲ੍ਹ ਸੱਪ ਦੇਖਿਆ ਇੱਥੇ। ਉਸ ਤੋਂ ਬਾਅਦ ਅਸੀਂ ਨਾਲ ਹੀ ਫਟਾਫਟ ਸਾਰੇ ਇਕੱਠੇ ਹੋ ਗਏ। ਇਕੱਠੇ ਹੋਣ ਤੋਂ ਬਾਅਦ ਗਰੁੱਪ 'ਚ ਪਾਤਾ ਗਿਆ ਵੀ ਕੋਈ ਵੀ ਪਰਚ ਨਾ ਆਵੇ, ਪਹਿਲੇ ਅਸੀਂ ਸਪੇਰੇ ਬੁਲਾਵਾਂਗੇ, ਉਹ ਦੇਖਣਗੇ ਆ ਕੇ ਅਤੇ ਚੈੱਕ ਕਰਦੇ ਵੀ ਸੱਪ ਹੈਗੇ ਨਹੀਂ ਹੈਗੇ। ਜਦੋਂ ਸਪੇਰੇ ਮੰਗਾਏ ਪਹਿਲੇ 1 ਸੱਪ, 2 ਸੱਪ, 3 ਸੱਪ ਜੋੜੇ ਫੜੇ ਸਾਰੇ ਚੰਬੜੇ ਆਪਸ ਵਿੱਚ, 8 ਜੋੜੇ 4 ਜੋੜੇ ਫੜੇ ਜੀ, 8 ਸੱਪ ਔਰ 7-7-8 ਫੁੱਟ ਦੇ ਸੱਪ ਵੱਡੇ ਫੱਟ ਸਾਰੇ ਫਨੀਅਰ। ਹਾਂਜੀ ਨਹੀਂ ਦੱਸਿਆ ਉਹਨੂੰ, ਥੋੜ੍ਹਾ ਦੱਸਿਆ ਨੇ ਜਿਹੜਾ ਸਵੇਰਾ ਸੀ, ਬਾਕੀ ਹੋਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਅਸੀਂ ਇਕਦਮ ਹਰਕ 'ਚ ਆ ਗਏ ਸਾਰਿਆਂ ਨੇ। ਆ ਹਰਕ 'ਚ ਆਉਣ ਤੋਂ ਬਾਅਦ ਗਰੁੱਪ 'ਚ ਪਾ ਦਿੱਤਾ ਤਾਂ ਕਿ ਸਾਰੇ ਜਿੰਨੀ ਵੀ ਲੋਕ ਇੱਥੇ ਜਿਹੜੇ ਆਏ ਸਭ ਜਿੰਨੇ ਬੱਚੇ ਪੁੱਤੇ ਸਾਰੇ ਬਾਹਰ ਕੱਢਦੇ ਸੀ। ਕਿੱਦਾਂ 8 ਉਹ ਲੱਗਦਾ ਇੰਨਾ ਵੱਡਾ ਪਾਰਕ ਹੋਰ ਵੀ ਹੋ ਸਕਦੇ ਜੀ? ਕੀ ਲੋਕਾਂ ਨੂੰ ਅਪੀਲ ਕਰਨਾ? ਅਪੀਲ ਲੋਕਾਂ ਨੂੰ ਇਹੀ ਕਰਨਾ ਚਾਹੁੰਦੇ ਵੀ ਹਲੇ ਹਫ਼ਤਾ 10 ਦਿਨ ਇੱਥੇ ਨਾ ਪਾਰਕ 'ਚ ਆਓ, ਪਹਿਲੇ ਪ੍ਰੋਪਰ ਚੈੱਕ ਕਰਵਾ ਲਈਏ ਕੋਈ ਸਪੇਰੇ ਨੂੰ ਅਸੀਂ ਹਫ਼ਤੇ ਬਾਅਦ ਫਿਰ ਬੁਲਾਉਣਾ ਤਾਂ ਕਿ ਫਿਰ ਉਹ ਦੇਖਣ ਆ ਕੇ। ਅਤੇ ਜਿਹੜੇ ਇਹ ਸੱਪ ਫੜੇ ਇਹ ਬਿਆਸ ਦਰਿਆ ਛੱਡਣ ਚੱਲੇ ਆ ਤਾਂ ਕਿ ਇਹ ਇੱਧਰ ਉੱਧਰ ਨਾ ਛੱਡ ਦੇਣਗੇ। ਤੇ ਮੇਰਾ ਨਾਮ ਜੀ ਬੋਬੀ ਲੂਥਰਾ। ਕਿੰਨੇ ਵਜੇ ਦੇ ਕਰੀਬ ਤੁਸੀਂ ਤੁਹਾਨੂੰ ਪਤਾ ਲੱਗਾ? ਇਹ ਸਵੇਰੇ ਜਦੋਂ ਮੈਂ 6:30-7 ਵਜੇ ਦੇ ਵਿੱਚ ਸੈਰ ਕਰਨ ਆਇਆ ਤੇ ਮੈਨੂੰ ਜਦੋਂ 8:30 ਵਜੇ ਮਾਲੀ ਇੱਥੇ ਕੰਮ ਕਰਨ ਵਾਲੇ ਜਿਹੜੇ ਉਹ ਆਏ ਸੀਗੇ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਭਾਅ ਜੀ ਕੱਲ੍ਹ ਇੱਥੇ ਸੱਪ ਦੇਖਿਆ ਆਪਾਂ ਅਤੇ ਉਹ ਸੱਪ ਇੱਧਰੋਂ ਨਿਕਲ ਗਏ ਅਤੇ ਜਿਹੜਾ ਕੇਲੇ ਦੇ ਬੂਟੇ ਦੇ ਵੱਲ ਗਿਆ। ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਦੀ ਕੰਪਲੇਂਟ ਪ੍ਰਧਾਨ ਨੂੰ ਕੀਤੀ ਇੱਥੋਂ ਦੇ? ਉਹ ਕਹਿੰਦੇ ਉਹਨਾਂ ਨੇ ਕਹਿ ਦਿੱਤਾ ਸਾਗਰ ਜੀ ਨੂੰ। ਅਤੇ ਉਹ ਫਿਰ ਮੈਂ ਜਦੋਂ ਆਪਣੇ ਘਰ ਗਿਆ ਅਤੇ ਮੈਂ ਘਰ ਜਾ ਕੇ ਸਭ ਨਾਲ ਪਹਿਲਾਂ ਆਪਣੇ ਗਰੁੱਪ ਜੋ ਸਾਡਾ ਸੋਸਾਇਟੀ ਦਾ ਬਣਿਆ ਉਹਦੇ ਵਿੱਚ ਇੱਕ ਮੈਸੇਜ ਪਾਇਆ ਕਿ ਕੋਈ ਵੀ ਪਾਰਕ ਨਾ ਜਾਵੇ, ਪਾਰਕ 'ਚ ਸੱਪ ਵੇਖਿਆ ਗਿਆ, ਜਿੰਨਾ ਚਿਰ ਸੱਪ ਫੜਿਆ ਨਹੀਂ ਜਾਂਦਾ ਕੋਈ ਵੀ ਨਾ ਜਾਵੇ। ਉਸ ਤੋਂ ਬਾਅਦ ਅਸੀਂ ਕੰਟੈਕਟ ਕੀਤਾ ਜੀ ਸਪੇਰੇ ਨਾਲ ਕਿਸੇ ਨਾਲ, ਸਪੇਰਿਆਂ ਨੂੰ ਬੁਲਾਇਆ। ਜਦੋਂ ਆਪਾਂ ਸਪੇਰਿਆਂ ਨੂੰ ਉੱਥੇ ਬੁਲਾਇਆ ਅਤੇ ਆ ਕੇ ਜਦੋਂ ਉਹਨਾਂ ਨੇ ਸੱਪ ਜਦੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ, ਉਹਦੇ ਵਿੱਚੋਂ ਅਜੇ 10 ਕਦਮ ਆਪਾਂ ਗਏ ਅਤੇ ਸੱਪਾਂ ਦਾ ਬਹੁਤ 6 ਕੁ ਫੁੱਟ ਸੱਪ ਦਾ ਜੋੜਾ ਉਹ ਨਿਕਲਿਆ। ਇੱਕ ਫਨੀਅਰ ਸੱਪ ਸੀ ਅਤੇ ਇੱਕ ਸੱਪਣੀ। ਜਿੱਦਾਂ ਜਿੱਦਾਂ ਆਪਾਂ ਅੱਗੇ ਜਾਂਦੇ ਰਹੇ ਹਾਂ ਅਤੇ ਸੱਪ ਨਿਕਲਦੇ ਰਹੇ ਜੀ, ਅਤੇ ਸੱਪ
ਮਤਲਬ ਇਸ ਪਾਰਕ 'ਚੋਂ ਅੱਜ ਟੋਟਲ 8 ਸੱਪ ਨਿਕਲੇ ਨੇ। ਹੋਰ ਵੀ ਲੱਗਦੇ ਨੇ ਜੀ? ਸਾਨੂੰ ਹੋਰ ਲੱਗਦਾ ਜੀ, ਕਿਉਂਕਿ ਆਪਾਂ ਅਜੇ ਤੱਕ ਕਿਉਂਕਿ ਘਾਹ ਬੜੀ ਬੜੀ ਉੱਚੀ ਹੋਈ ਹੋਈ ਹੈ, ਉਹ ਘਾਹ ਆਪਾਂ ਕਟਵਾਵਾਂਗੇ। 2-4 ਦਿਨਾਂ ਤੱਕ ਇਹਨਾਂ ਨੂੰ ਫਿਰ ਆਪਾਂ ਬੁਲਾਵਾਂਗੇ, ਬੁਲਾ ਕੇ ਆਪਾਂ ਫਿਰ ਇੱਕ ਵਾਰ ਝਾਤੀ ਮਰਵਾਵਾਂਗੇ ਇਹਨਾਂ ਕੋਲ, ਕਿ ਜੇ ਕੋਈ ਕੋਈ ਬੱਚਾ ਰਹਿ ਵੀ ਗਿਆ ਕੋਈ ਤਾਂ ਉਹ ਵੀ ਨਿਕਲ ਜਾਏ। ਸੱਪਾਂ ਨੇ ਕਿਸੇ ਨੂੰ ਦੱਸਿਆ ਵੀ ਹੈ? ਹਾਂਜੀ ਹਾਂਜੀ, ਜਿਹੜੇ ਸਪੇਰੇ ਆਏ ਸੀਗੇ ਫੜਨ ਲਈ, ਉਹ ਜਦੋਂ ਫੜ ਰਹੇ ਸੀ ਤਾਂ ਇੱਕ ਸੱਪ ਨੇ ਇੱਕ ਸਪੇਰੇ ਨੂੰ ਡੰਗ ਮਾਰਿਆ ਅਤੇ ਉਹਨਾਂ ਨੇ ਉਹਨਾਂ ਕੋਲ ਆਪਣੇ ਮਣਕੇ ਸੀਗਾ, ਉਹਨਾਂ ਨੇ ਉਸ ਮਣਕੇ ਨਾਲ ਆਪਣਾ ਇਲਾਜ ਕੀਤਾ, ਸਾਡੇ ਸਾਹਮਣੇ ਕੀਤਾ। ਅਤੇ ਇਸ ਕਰਕੇ ਸਾਡੀ ਇਹ ਗੁਜ਼ਾਰਿਸ਼ ਹੈਗੀ ਸਾਰਿਆਂ ਵੱਲ, ਜਿਹੜੇ ਇਸ ਪਾਰਕ 'ਚ ਆਉਂਦੇ ਪਏ ਨੇ, ਹਜੇ 10 ਦਿਨ ਇਹ ਪਾਰਕ 'ਚ ਨਾ ਆਉਣ ਜੇ, ਕਿਉਂਕਿ ਇੱਥੇ ਹਜੇ ਆਪਾਂ ਕਲੀਅਰੈਂਸ ਨਹੀਂ ਦਿੱਤੀ ਗਈ, ਹਜੇ ਇੱਕ ਵਾਰੀ ਆਪਾਂ ਇਹਨੂੰ ਫਿਰ ਇੱਕ ਵਾਰੀ ਕਲੀਨ ਕਰਨਾ। ਇਹ ਤਾਂ ਵੈਸੇ ਤਾਂ ਸਾਨੂੰ ਕੱਲ੍ਹ ਹੀ ਪਤਾ ਲੱਗਾ ਕਿ ਇੱਥੇ ਸੱਪ ਹੈਗੇ ਸੀਗੇ, ਪਹਿਲਾਂ ਕੁੱਤੇ ਮਰ ਗਏ ਸੀਗੇ ਜੀ ਇੱਥੇ, 2-3 ਮਹੀਨੇ ਪਹਿਲਾਂ ਕੁੱਤੇ ਇੱਕ ਦਿਨ 'ਚ 5-5, 6-6 ਕੁੱਤੇ ਮਰ ਰਹੇ ਸੀ ਅਤੇ 20 ਕੁੱਤੇ ਮਰ ਗਏ ਜੀ। ਆਪਾਂ ਸਮਝਿਆ ਕਿ ਬਿਮਾਰੀ ਲੱਗੀ, ਤਦ ਗਰਮੀ ਨਾਲ ਮਰ ਗਏ ਹੋਣੇ, ਲੇਕਿਨ ਅੱਜ ਸਾਨੂੰ ਡਾਊਟ ਹੁੰਦਾ ਕਿ ਇਹ ਸੱਪਾਂ ਨੇ ਉਹਨਾਂ ਨੂੰ ਮਾਰਿਆ।